ਨੌਜਵਾਨ ਦੇ ਨਾਲ ਰੰਜਿਸ਼ ਦੇ ਚੱਲਦਿਆਂ ਪੂਰੇ ਪਰਿਵਾਰ ਦੀ ਬਦਮਾਸ਼ਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ। ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਹੈ ਘਰ ਦੇ ਵਿੱਚ ਦਾਖਲ ਹੋ ਕੇ। ਇੱਥੋਂ ਤੱਕ ਕਿ ਨੌਜਵਾਨ ਦੇ ਪਿਤਾ ਦੇ ਸਿਰ 'ਚ ਇੱਟਾਂ ਮਾਰ-ਮਾਰ ਕੇ ਸਿਰ ਪਾੜ ਦਿੱਤਾ ਗਿਆ ਤੇ ਘਰ ਦੀਆਂ ਔਰਤਾਂ ਨੂੰ ਵੀ ਡੰਡੇ ਮਾਰੇ ਗਏ, ਹੱਡੀਆਂ ਤੋੜ ਦਿੱਤੀਆਂ ਗਈਆਂ। ਇੱਕੋ ਪਰਿਵਾਰ ਦੇ 7 ਜੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਅਤੇ ਪਿਓ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਰ ਦੇ ਨੌਜਵਾਨ ਦੇ ਨਾਲ ਇਹਨਾਂ ਬਦਮਾਸ਼ਾਂ ਦੀ ਕਿਸੇ ਗੱਲ ਨੂੰ ਲੈ ਕੇ ਰੰਜਿਸ਼ ਸੀ। ਪਹਿਲਾਂ ਵੀ ਕਈ ਵਾਰ ਇਸ ਨੌਜਵਾਨ ਦੀ ਰਾਤ ਵਿੱਚ ਕੁੱਟਮਾਰ ਕੀਤੀ ਗਈ ਹੈ ਅਤੇ ਫਿਰ ਇਸ ਨੌਜਵਾਨ ਦਾ ਪਿਓ ਪਿੰਡ ਦੇ ਹੀ ਮੁੰਡਿਆਂ ਨੂੰ ਸਮਝਾਉਣ ਗਿਆ ਸੀ ਜਿਨ੍ਹਾਂ ਨੇ ਹਮਲਾ ਕੀਤਾ ਸੀ ਕਿ ਆਪਸ 'ਚ ਲੜਾਈ ਨਾ ਰੱਖੋ, ਵੈਰ ਨਾ ਰੱਖੋ। ਤਾਂ ਇਹਨਾਂ ਬਦਮਾਸ਼ਾਂ ਦੇ ਵੱਲੋਂ ਘਰ 'ਚ ਵੜ ਕੇ ਸਭ ਤੋਂ ਪਹਿਲਾਂ ਪਿਓ ਤੇ ਹੀ ਹਮਲਾ ਕੀਤਾ ਗਿਆ। ਲਗਾਤਾਰ ਉਸਦੇ ਸਿਰ 'ਚ ਇੱਟਾਂ ਮਾਰੀਆਂ ਗਈਆਂ ਅਤੇ ਘਰ ਦੀਆਂ ਔਰਤਾਂ ਦੇ ਵੱਲੋਂ ਜਦੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਡੰਡੇ ਮਾਰ ਮਾਰ ਕੇ ਹਥਿਆਰਾਂ ਦੇ ਨਾਲ ਹਮਲਾ ਕਰਕੇ ਉਹਨਾਂ ਦੀ ਵੀ ਹੱਡੀਆਂ ਤੋੜ ਦਿੱਤੀਆਂ ਗਈਆਂ ਨੇ। ਨੌਜਵਾਨ ਵੀ ਜ਼ਖਮੀ ਹੈ, ਹਸਪਤਾਲ 'ਚ ਜ਼ੇਰੇ ਇਲਾਜ ਨੇ। ਇਹ ਪਰਿਵਾਰ ਦੇ 7 ਜੀ ਹਸਪਤਾਲ ਦੇ ਵਿੱਚ ਪਏ ਹੋਏ ਨੇ ਅਤੇ ਇੱਥੇ ਵੱਡੇ ਇਲਜ਼ਾਮ ਪੁਲਿਸ 'ਤੇ ਲੱਗ ਰਹੇ ਨੇ ਕਿ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਹਮਲਾ ਕਰਨ ਵਾਲੇ ਇਸੇ ਹੀ ਪਿੰਡ ਦੇ ਨੌਜਵਾਨ ਨੇ, ਜਿਸ ਪਿੰਡ ਦੇ ਇਹ ਰਹਿਣ ਵਾਲੇ ਨੇ, ਤਾਂ ਉਹਨਾਂ ਦੇ ਵੱਲੋਂ ਹੀ ਹਮਲਾ ਕੀਤਾ ਗਿਆ। ਇਹ ਮਾਮਲਾ ਅੰਮ੍ਰਿਤਸਰ ਦੇ ਜੰਡਿਆਲਾ ਦਾ ਆ, ਜਿੱਥੇ ਦੇਰ ਰਾਤ ਇਹ ਸਾਰਾ ਕੁਝ ਵਾਪਰਿਆ। ਹਮਲੇ ਦੌਰਾਨ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜੋ ਇਸੇ ਪਰਿਵਾਰ ਦੇ ਇੱਕ ਮੈਂਬਰ ਦੇ ਵੱਲੋਂ ਬਣਾਈ ਗਈ ਸੀ ਕਿ ਕਿਸ ਤਰ੍ਹਾਂ ਇਹਨਾਂ ਬਦਮਾਸ਼ਾਂ ਦੇ ਵੱਲੋਂ ਚੀਕਾਂ ਮਾਰਦੀਆਂ ਜਨਾਨੀਆਂ ਦੀ ਕੁੱਟਮਾਰ ਕੀਤੀ ਗਈ ਹੈ, ਬੁਰੀ ਤਰ੍ਹਾਂ ਦੇ ਨਾਲ ਹਮਲਾ ਕੀਤਾ ਗਿਆ ਤੇਜ਼ ਤਰ ਹਥਿਆਰਾਂ ਦੇ ਨਾਲ, ਜਿਸ ਕਰਕੇ ਇੱਕੋ ਪਰਿਵਾਰ ਦੇ ਇਸ 7 ਜੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਅਤੇ ਪਿਤਾ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਇਹਨਾਂ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਮੇਰਾ ਨਾਂ ਰਵੀਦੀਪ ਸਿੰਘ, ਮੈਂ ਹੈਗਾ ਮਹਿਤਾ ਰੋਡ ਅੰਮ੍ਰਿਤਸਰ ਫਤਿਹਪੁਰ ਰਾਜਪੂਤਾ। ਸਰ ਉਹਨਾਂ ਨੇ ਨਾ 4-5 ਵਾਰੀ ਪਹਿਲਾਂ ਵੀ ਮੈਨੂੰ ਘੇਰਿਆ ਮੁੰਡਿਆਂ ਨੇ। ਸਰ ਉਹ ਅੱਜ ਮੇਰੇ ਕੱਲ੍ਹ ਮੇਰੇ ਘਰ ਪੈ ਗਏ ਆ। ਸਰ ਉਹਨਾਂ ਨੇ ਜਨਾਨੀਆਂ ਨੂੰ ਵੀ ਛੱਡਿਆ, ਸਰ ਸਾਰੇ ਪਰਿਵਾਰ ਨੂੰ ਸੱਟ ਲਾਈਆਂ। ਸਰ ਪਹਿਲਾਂ ਇਹਨਾਂ ਨਾਲ ਝਗੜਾ ਹੋਇਆ ਸੀ ਮੇਰਾ। ਸਰ ਇਹ ਨਾ ਮੈਨੂੰ ਘੇਰਦੇ ਤੇ ਡੈਡੀ ਨੂੰ ਮੈਂ ਕਿਹਾ ਡੈਡੀ ਉਹ ਘੇਰਦੇ ਮੈਨੂੰ। ਡੈਡੀ ਹੁਣ ਸਮਝਾਉਣ ਗਏ ਤੇ ਉਹਨਾਂ ਦੇ ਇੱਟਾਂ ਰੋੜਾ ਚਲਾਇਆ ਪਹਿਲਾਂ। ਹਾਂਜੀ ਸਰ, ਪਿੰਡ ਦੇ ਹੀ ਆ। ਸਰ ਪਹਿਲਾਂ ਕੀਤੀ ਤੇ ਪਹਿਲਾਂ ਉਹਨਾਂ ਨੇ ਕੀਤੀ ਨੀ ਕੋਈ ਕਾਰਵਾਈ ਤੇ ਸਰ ਹੁਣ ਉਹ ਘਰੇ ਪਏ ਸੀ, ਹੈਗੇ 8-9 ਜਾਣੇ, 9-10 ਜਾਣੇ ਸੱਚ। ਸਰ ਉਹਨਾਂ ਨੇ ਰਫਲਾਂ ਦੇ ਬੱਟ ਮਾਰੇ ਆ, ਪਿਸਤੌਲ ਹੀ ਇੱਕ ਸਰ ਉਹਨਾਂ ਕੋਲ, ਦਾਤਰ ਦੂਤਰ ਸੀ। ਸਰ 7 ਜਾਣਿਆਂ ਦੇ। ਹਾਂਜੀ ਸਰ, ਪਾਪਾ ਮੇਰੇ। ਮੰਗ ਸਰ ਇਨਸਾਫ ਚਾਹੀਦਾ। ਸਰ ਹੈਗਾ ਇੱਕ ਦਾ ਨਾਂ ਵੀਰੂ, ਇੱਕ ਦਾ ਨਾਂ ਸਰ ਕੁਕਲੀ, ਇੱਕ ਦਾ ਨਾਂ ਅਰਨ, ਇੱਕ ਦਾ ਨਾਂ ਕਰਨ ਸਰ, ਇੱਕ ਦਾ ਨਾਂ ਸ਼ਾਲੂ, ਇੱਕ ਦਾ ਨਾਂ ਆਕਾਸ਼, ਇੱਕ ਦਾ ਸਰ ਨਾਂ ਬਿੱਲਾ। ਨਹੀਂ ਸਰ, ਪੁਲਿਸ ਨਹੀਂ ਸਾਡੇ ਪਿੰਡੋਂ ਆਈ। ਸਰ ਕੰਨ ਇਹ ਮੈਨੂੰ ਘੇਰਦੇ 5-6 ਵਾਰੀ, ਉਹਨਾਂ ਨੇ ਪਹਿਲਾਂ ਵੀ ਘੇਰਿਆ ਸੀ ਮੈਨੂੰ। ਹਾਂਜੀ ਸਰ, ਮੁੰਡਾ ਸੀ ਮੇਰੇ ਨਾਲ, ਉਹਨੂੰ ਕੁੱਟਿਆ ਸੀ ਨਾ ਪਹਿਲਾਂ, ਉਹਦੇ ਨਾਲ ਹੋਈ ਸੀ ਸਰ, ਫਿਰ ਮੈਨੂੰ ਵੀ ਘੇਰਨ ਡਿਆ ਵੇ। ਸਰ ਇਨਸਾਫ ਚਾਹੀਦਾ ਪੁਲਿਸ, ਹੋਰ ਕੁਝ ਨਹੀਂ। ਮੇਰਾ ਨਾਂ ਸਰ ਰਵੀਦੀਪ ਸਿੰਘ। ਨਾਂ ਮੇਰਾ ਬਲਵੀਰ ਸਿੰਘ ਜੀ, ਮਹਿਤਾ ਰੋਡ।
ਇਹ ਫਤਿਹਪੁਰ ਰਾਜਪੂਤਾਂ ਪਿੰਡ ਨੰਗਲ ਵਾਲਾ ਮੋੜ ਤੇ ਅਸੀਂ ਰਹਿੰਦੇ ਹਾਂ ਪੈਲੀਆਂ ਦੇ ਲਾਗੇ ਤੇ ਪੈਲੀਆਂ ਵਿੱਚੋਂ ਦੀ ਆ ਕੇ 10-12 ਬੰਦੇ ਤੇ ਸਾਡੇ ਸਾਰੇ ਪਰਿਵਾਰ ਨੂੰ ਸੱਟਾਂ ਲਾ ਗਏ। ਕੀ ਕੋਈ ਰੰਜਿਸ਼ ਸੀ? ਕੋਈ ਰੰਜਿਸ਼ ਤੋਂ ਪਹਿਲਾਂ ਦੀ ਆ ਮੁੰਡਿਆਂ ਦਾ ਝਗੜਾ ਸੀ ਤੇ ਸਾਡੇ ਘਰ ਹੀ ਆ ਪਏ। ਤੇ ਕੋਈ ਪੁਲਿਸ ਕਾਰਵਾਈ ਕੀਤੀ ਗਈ ਹੈ? ਨਾ, ਪੁਲਿਸ ਨੇ ਨਹੀਂ ਕੋਈ ਕਾਰਵਾਈ ਕੀਤੀ। ਤੁਸੀਂ ਪੁਲਿਸ ਰਿਪੋਰਟ ਕੀਤੀ ਗਈ? ਹਾਂਜੀ ਕੀਤੀ। ਪੁਲਿਸ ਵੱਲੋਂ ਕੀ ਕਿਹਾ ਗਿਆ? ਕੋਈ ਨਹੀਂ ਕਿਹਾ ਗਿਆ ਪੁਲਿਸ ਵੱਲੋਂ, ਕੋਈ ਜਵਾਬ ਹੀ ਨਹੀਂ, ਨਾ ਕੋਈ ਆਇਆ ਹੀ ਆ। ਪੁਲਿਸ ਤੁਹਾਡੇ ਨਾਲ ਇੱਥੇ ਆਈ ਸੀ? ਨਾ, ਇੱਥੇ ਨਹੀਂ ਆਈ। ਇੱਥੋਂ ਦੀ ਪੁਲਿਸ ਨੇ ਲਿਖਿਆ ਲੁਕਿਆ ਮਾੜਾ ਵੋਟ। ਹੁਣ ਮੰਗ ਕੀ ਕਰਦੇ? ਮੰਗ ਕਰਦੇ, ਸਾਨੂੰ ਇਨਸਾਫ ਚਾਹੀਦਾ ਜੀ, ਛੇਤੀ ਤੋਂ ਛੇਤੀ। ਕਿਸੇ ਦੀ ਹਾਲਤ ਸੀਰੀਅਸ ਵੀ ਹੈਗੀ? ਬਹੁਤ ਜ਼ਿਆਦਾ। ਕੁਲਦੀਪ ਸਿੰਘ? ਕਿੰਨੇ ਜਾਣਿਆਂ ਨੂੰ ਸੱਟਾਂ ਲੱਗੀਆਂ ਜੀ? 7 ਜਾਣਿਆਂ ਨੂੰ। ਤੇ ਕੋਈ ਸੀਰੀਅਸ ਤੇ ਨਹੀਂ ਹੈ ਜੀ? ਸੀਰੀਅਸ ਕੁਲਦੀਪ ਸਿੰਘ। ਸੀਰੀਅਸ ਸਿੰਘ? ਹਾਂਜੀ, ਬਹੁਤ ਜ਼ਿਆਦਾ। ਉਹ ਮੁੰਡੇ ਕੋਲ ਹੈਗੀ ਵੀਡੀਓ।